ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਜੋ ਅਦਾਲਤ ਨੂੰ ਕੇਸ ਦਾ ਫੈਸਲਾ ਹੋਇਆ, ਇਸ ਕੇਸ 'ਚ ਦੋਸ਼ੀ ਨੇ ਡਬਲ ਮਰਡਰ ਕੀਤਾ ਔਰ ਉਹ ਇੱਕ ਮਦਰ ਔਰ ਉਹਦਾ ਦੂਸਰਾ ਬੱਚਾ 12 ਸਾਲ ਦਾ। ਇਸ ਕੇਸ 'ਚ ਦੋਸ਼ੀ ਨੇ ਡਬਲ ਮਰਡਰ ਕੀਤਾ ਔਰ ਉਹ ਇੱਕ ਮਦਰ ਔਰ ਉਹਦਾ ਦੂਸਰਾ ਬੱਚਾ 12 ਸਾਲ ਦਾ। ਇੰਟਰਸਟਿੰਗ ਗੱਲ ਇਹ ਆ ਵੀ ਇਹ ਦੋਸ਼ੀ ਦੇ ਫਾਈਲ ਤਫਤੀਸ਼ ਜੋ ਹਿਮਾਚਲ ਪ੍ਰਦੇਸ਼ ਨੇ ਪੁਲਿਸ ਨੇ ਕੀਤੀ, ਉਹਦੇ 'ਚ ਇਹ ਗੱਲ ਸਾਹਮਣੇ ਆਉਂਦੀ ਆ ਵੀ ਇਹਨੇ ਆਪਣਾ ਇੱਕ ਤੀਸਰਾ ਮਰਡਰ ਜਿਹੜਾ ਕਿ ਇਸ ਲੇਡੀ ਦਾ ਦੂਸਰਾ ਵੱਡਾ ਬੱਚਾ ਸੀ 14 ਸਾਲ ਉਮਰ, ਉਹਦਾ ਮਰਡਰ ਇਹਨੇ ਹਿਮਾਚਲ 'ਚ ਕੀਤਾ ਪਹਿਲਾਂ। ਉਹਦਾ ਮਰਡਰ ਕਰਨ ਤੋਂ ਬਾਅਦ ਇਸ ਮਾਂ ਨੂੰ ਅਤੇ ਇਸ ਬੱਚੇ ਨੂੰ ਜਿਹਦੀ ਉਮਰ 12 ਸਾਲ ਆ, ਇੱਥੇ ਗੜਸ਼ੰਕਰ ਲਿਆ ਇੱਕ ਫੈਕਟਰੀ, ਉਸ ਫੈਕਟਰੀ 'ਚ 10 ਦਿਨ ਇਹਨੇ ਇਹਨਾਂ ਨੂੰ ਰੱਖਿਆ। ਜਿਹੜੀ ਫੈਕਟਰੀ ਦੀ ਮਾਲਕ ਆ ਉਹਦੇ ਕੋਲੋਂ ਇਹਨੇ ਕਮਰਾ ਲੈ ਕੇ, ਬੰਦ ਫੈਕਟਰੀ ਸੀਗੀ, ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਉਹਨੇ ਇਹਨਾਂ ਨੂੰ ਦੇਖਿਆ ਉੱਥੇ ਰਹਿੰਦਿਆਂ ਨੂੰ, ਕਤਲ ਤੋਂ ਇਹਨੇ ਕਤਲ ਕਰਕੇ ਉਹਨੂੰ ਫੋਨ ਕੀਤਾ ਵੀ ਆ ਕੇ ਚਾਬੀ ਲੈ ਲਓ, ਮੈਂ ਕੋਈ ਕਮਰਾ ਅਰੇਂਜ ਕਰ ਲਿਆ ਰੈਂਟ ਵੇਸੇ। ਪਰ ਜਦੋਂ ਨੈਕਸਟ ਡੇ ਉਹ ਲੇਡੀ ਆਈ, ਉਹਨੂੰ ਦੇਖਿਆ ਵੀ ਇਹ ਉੱਥੇ ਲੱਗਾ ਸੀ ਸਫਾਈ ਵਗੈਰਾ ਕਰਨ, ਐਵੀਡੈਂਸ ਰਿਮੂਵ ਕਰਦਾ ਸੀ, ਉਹਨੂੰ ਸ਼ੱਕ ਪੈ ਗਿਆ, ਪੁੱਛਿਆ ਬੱਚੇ ਕਿੱਥੇ ਆ, ਅਤੇ ਇਹਨੇ ਮੋਟਰਸਾਈਕਲ 'ਤੇ ਉੱਥੋਂ ਮੌਕੇ ਤੋਂ ਭੱਜ ਗਿਆ। ਜਦੋਂ ਫਿਰ ਉਹਨੇ ਇਨਫੋਰਮ ਕੀਤਾ ਪੁਲਿਸ ਨੂੰ, ਪੁਲਿਸ ਨੇ ਆ ਕੇ ਸਰਚ ਕੀਤੀ ਅਤੇ ਉੱਥੋਂ ਫਿਰ ਉਹਦੇ ਫੈਕਟਰੀ 'ਚੋਂ ਦੱਬੀਆਂ ਹੋਈਆਂ ਤਾਜ਼ੀਆਂ ਦੋ ਲਾਸ਼ਾਂ ਉਸ ਲੇਡੀ ਅਤੇ ਉਸ ਬੱਚੇ ਦੀਆਂ ਬਰਾਮਦ ਹੋਈਆਂ, ਜਿਹੜੀਆਂ ਕਿ ਇਹਨੇ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ। ਕਿੰਨੀ ਦੇਰ ਕੇਸ ਚੱਲਿਆ ਜੀ, ਕਿਹਦੇ ਅੱਜ ਕੇਸ? ਬੜਾ ਸਪੀਡੀ ਟ੍ਰਾਇਲ ਹੋ ਰਹੀਆਂ ਸਾਡੇ ਕੋਰਟ 'ਚ ਮਾਨਯੋਗ ਅਦਾਲਤ ਵੱਲੋਂ, ਔਰ ਅੱਜ ਇਸ ਕੋਰਟ ਦੁਆਰਾ ਫੈਸਲਾ ਸੁਣਾਉਂਦੇ ਹੋਏ ਇਸ ਦੋਸ਼ੀ ਨੂੰ ਲਾਈਫ ਇੰਪ੍ਰਿਜਮੈਂਟ ਅਤੇ 25,000 ਰੁਪਇਆ ਸਜ਼ਾ ਜੁਰਮਾਨਾ, ਅਤੇ 200 ਧਾਰਾ 1 ਦੇ ਤਹਿਤ ਜਿਹਦੇ ਤਹਿਤ ਐਵੀਡੈਂਸ ਰਿਮੂਵ ਕਰਨੀ ਕੀਤੀ ਗਈ ਸੀ ਦੋਸ਼ੀ ਦੁਆਰਾ, ਉਸ ਤਹਿਤ 7 ਸਾਲ ਦੀ ਸਜ਼ਾ ਅਤੇ 25,000 ਰੁਪਇਆ ਜੁਰਮਾਨਾ ਕੀਤਾ ਗਿਆ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ, ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ, ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 66 77 009।